ਅਸਸਲਾਮੁਅਲੈਕੁਮ ਉਮੀਦ ਕਰਦੀ ਆ ਸਾਰੇ ਖੈਰ ਖੈਰੀਅਤ ਨਾਲ ਹੋਣਗੇ ਅੱਜ ਮੈਂ 10 ਮਿੰਟਾਂ ਚ ਮਲਾਈ ਚੋਂ ਦੇਸੀ ghee ਕੱਢਣ ਦਾ ਤੁਹਾਡੇ ਨਾਲ ਤਰੀਕਾ ਸ਼ੇਅਰ ਕਰਾਂਗੇ ਉਂਝ ਤੁਸੀਂ ਸਿਆਪਾਂ ਚ ਪਿਆ ਰਹਿੰਦੇ ਆ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਕੋਈ ਮੈਥਡ ਸ਼ੇਅਰ ਕਰਦਾ ਜਿਹਦਾਂ ਤੁਸੀਂ ਆਸਾਨੀ ਨਾਲ ਦੇਸੀ ghee ਬਣਾ ਸਕਦੇ ਹੋ ਨਾ ਕੋਈ ਜੰਜਟ ਨਾ ਕੋਈ ਸਿਆਪਾ ਇਹ ਆ ਕਿ ਮਲਾਈਆਂ ਤਾਂ ਹਰ ਕੋਈ ਜੋੜਦਾ ਵਾ ਸਾਰੇ ਕੰਜੂਸ ਸਾਡੇ ਹਰ ਦੇਸੀ ghee ਇੱਥੇ ਲੋਹਰੋ ਨਾ 3000 ਰੁਪਏ ਕਿਲੋ ਹੋ ਗਿਆ ਐਡਾ ਮਹਿੰਗਾ ਹੋ ਗਿਆ ਵਾ ਤੇ ਉਧਰ ਖਾਨੇ ਵਾਲ ਵਾਲੇ ਏਰੀਆ ਚ ਵੀ 2500 ਦਾ ਹੋ ਗਿਆ ਵਾ ਤੇ ਬੰਦਾ ਇਹਦੇ ਨਾਲ ਇਹ ਨਹੀਂ ਕਿ ਮਲਾਈਆਂ ਜ਼ੋਰਦਾਰ ਹੈ ਜ਼ੋਰਦਾਰ ਤੇ ਉਤੋਂ ਬਾਅਦ ਆ ਰਾਮ ਨਾ ਮੱਖਣ ਬਣਾ ਲੇ ਦੇਸੀ ghee ਬਣਾ ਲੇ ਆ ਦੋ ਡੱਬਿਆਂ ਚ ਵੇਖੋ ਮੈਂ ਕੋਲਾ ਭਰ ਕੇ ਨਾ ਦੇਸੀ ghee ਦਾ ਬਣਾ ਲਿਆ ਵਾ ਸਭ ਤੋਂ ਪਹਿਲਾਂ ਨਾ ਮਲਾਈ ਕੱਢ ਕੇ ਨਾ ਕਿਸੇ ਕੜਾਈ ਕੜੂਈ ਚ ਜੱਜ ਬਣਾਣਾ ਵਾ ਉਹਦੇ ਚ ਨਾ ਪੱਕਣ ਲਈ ਰੱਖ ਦੇਣੀ ਆ ਤੇ ਇਹ ਅੱਛੀ ਤਰ੍ਹਾਂ ਇਸ ਕੋ ਪੂੰਝ ਲੈਣਾ ਹੈ ਵੈਸੇ ਵੀ ਰਿਜ਼ਕ ਜਿਹੜਾ ਵਾ ਉਹ ਜ਼ਾਇਆ ਨਹੀਂ ਕਰਨਾ ਚਾਹੀਦਾ ਤੇ ਮੈਂ ਤੁਹਾਨੂੰ ਦੱਸ ਰਹੀ ਸੀ ਇੱਕ ਦੋ ਸਟੈਪ ਉਹਨਾਂ ਨੂੰ ਤੁਸੀਂ ਲਾਜ਼ਮੀ ਫੋਲੋ ਕਰਨਾ ਵਾ ਤੇ ਤੁਹਾਨੂੰ ਕੋਲ ਖੜੋ ਖੜੋ ਕੇ ਇੰਨੀ ਰਾਖੀ ਕਰਨ ਦੀ ਜ਼ਰੂਰਤ ਹੀ ਨਹੀਂ ਆ RAM ਨਾ ਮਲਾਈ ਜਣਾ ਕਿਉਂ ਨਿਕਲ ਜਾਗਾ ਲੇਕਿਨ ਆਹ ਦੋ ਸਟੈਪ ਤੁਸੀਂ ਫੋਲੋ ਕਰਨਾ ਆ ਵੇਖੋ ਜਿਵੇਂ ਜਿਵੇਂ ਸੇਕ ਲੱਗਦਾ ਨਾ ਕਿਉਂ ਉੱਤੇ ਆਣਾ ਵੀ ਸ਼ੁਰੂ ਹੋਗਾ ਲੇਕਿਨ ਆਪਾਂ ਇਹਨੂੰ ਪਕਾਉਣਾ ਨਹੀਂ ਹੈ ਜਸਟ ਆਪਾਂ ਇੱਕ ਬੋਇਲ ਹੀ ਜਿੱਦਾਂ ਜਿੱਦਾਂ ਮਲਾਈ ਨੂੰ ਨਾ ਸੇਕ ਲੱਗਦਾ ਜਾਂਦਾ ਨਾ ਮਲਾਈ ਮੈਲਟ ਹੁੰਦੀ ਜਾਂਦੀ ਆ ਤੇ ਉਸ ਤੋਂ ਬਾਅਦ ਆਪਾਂ ਨਾ ਫਲੇਮ ਆਫ ਕਰ ਦਾਂਗੇ ਜਿੱਦਾਂ ਹੀ ਇੱਕ ਬੋਇਲ ਆਏਗਾ ਤੇ ਤੁਸੀਂ ਇਦਾਂ ਕੋੜੋ ਜਲਦੀ ਜਲਦੀ ਫਿਰ ਵੀਡੀਓ ਨੂੰ ਲਾਈਕ ਕਰ ਦਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਲਾਲ ਬਟਨ ਉਦਬਾ ਕੇ ਸਬਸਕ੍ਰਾਈਬ ਕਰਾ ਲਓ ਨਾਲ ਹੀ ਘੰਟੀ ਵਜਾ ਦਿਓ ਮਲਾਈ ਤੋਂ ਨਾ ghee ਬਣਾਉਂਦੇ ਵੈਸੇ 2-3 ਤਰੀਕੇ ਆ ਲੇਕਿਨ ਆ ইজিਐਸਟ ਤਰੀਕਾ ਵਾ ਐਸ ਵਾਸਤੇ ਆਹੀ ਤਰੀਕਾ ਸ਼ੇਅਰ ਕਰ ਰਹੀ ਆ ਕੁਝ ਲੋਗ ਨਾ ਮਲਾਈ ਨੂੰ ਜਾਗ ਲਾ ਕੇ ਵੀ ਰੱਖ ਲੈਂਦੇ ਆ ਉਹ ਵੀ ਤਰੀਕਾ ਆ ਚਾ ਪਹਿਲਾਂ ਮੱਖਣ ਬਣਾਉਂਦੇ ਉਤੋਂ ਬਾਅਦ ghee ਬਣਾਉਂਦੇ ਆ ਲੇਕਿਨ ਅੱਜ ਅਡਾ ਨਾ ਡਾਇਰੈਕਟ ਤੁਸੀਂ ਇਦਨਾ ਨਾ ghee ਬਣਾ ਸਕਦੇ ਹੋ ਤੇ ਆ ਤਰੀਕਾ ਵੀ ਬਹੁਤ ਇਜੀ ਆ ਮੈਂ ਸੋਚਿਆ ਆਹੀ ਤਰੀਕਾ ਦਰਨਾ ਸ਼ੇਅਰ ਕਰਾਂ ਤੇ ਤੁਸੀਂ ਦੇਖ ਸਕਦੇ ਹੋ ਮਲਾਈ ਵਿਚਾਰੀ ਵੀ ਪੀਗ ਲ ਗਈ ਆ ਔਰ ਇੱਕ ਬੋਇਲ ਆ ਗਿਆ ਵਾ ਤੇ ਹੁਣ ਆਪਾਂ ਚੁੱਲਾ ਜਿਹੜਾ ਵਾ ਬੰਦ ਕਰ ਦਾਂਗੇ ਫਲੇਮ ਆਫ ਕਰ ਦਾਂਗੇ ਇਹ ਨਹੀਂ ਕਿ ਤੁਸੀਂ ਪਕਾਣ ਬੈਜਾ ਨਾ ਹਜੇ ਪਕਾਣਾ ਪਕੋਣਾ ਨਹੀਂ ਜਸਟ ਇੱਕ ਦਫਾ ਬੋਇਲ ਦਿਵਾ ਕੇ ਇਹਨੂੰ ਰੱਖ ਦੇਣਾ ਠੰਡਾ ਹੋਣ ਲਈ ਜਦੋਂ ਰੂਮ ਟੈਂਪਰੇਚਰ ਤੇ ਆ ਜਾਏਗਾ ਇਹਨੂੰ ਫ੍ਰਿਜ ਚ ਬਸ ਰੱਖ ਦੇਣਾ ਆਰਾਮ ਸਕੂਨ ਉੱਥੇ ਜਾ ਕੇ ਰੈਸਟ ਕਰੇ ਤੇ ਇੱਕ ਬੋਇਲ ਆਨ ਤੋਂ ਬਾਅਦ ਇਹ ਵਿਚਾਰੇ ਦਾ ਇਹ ਹਾਲ ਹੋ ਗਿਆ ਵਾ ਵੇਖੋ ਕਿਉਂ ਉੱਤੇ ਆਣਾ ਸ਼ੁਰੂ ਵੀ ਹੋ ਗਿਆ ਵਾ ਲੇਕਿਨ ਉਹਨੂੰ ਟੱਕ ਦਾਂਗੇ ਜਦੋਂ ਨੋਰਮਲ ਟੈਂਪਰੇਚਰ ਤੇ ਆ ਗਿਆ ਹਨ ਉਹਨੇ ਦਿਨ ਨੂੰ ਕਮ ਸ਼ਾਮ ਨੂੰ ਬੇੜਾ ਜੋ ਮਰਜ਼ੀ ਕਰੋ ਤੇ ਆ ਵੇਖੋ ਨਾ ਗੀ ਉੱਪਰ ਆ ਗਿਆ ਹੁਣ ਆਪਾਂ ਇਹਨੂੰ ਫ੍ਰਿਜ ਚ ਰੱਖ ਦਾਂਗੇ ਯਾਨੀ ਕਿ ਠੰਡਾ ਹੋ ਗਿਆ ਸੀ ਰੂਮ ਟੈਂਪਰੇਚਰ ਤੇ ਆ ਗਿਆ ਸੀ ਮਤਲਬ ਨੋਰਮਲ ਹੋ ਗਿਆ ਸੀ ਇਹ ਨਹੀਂ ਗਰਮ ਗਰਮ ਚੁੱਕ ਕੇ ਫ੍ਰਿਜ ਚ ਰੱਖ ਦੇਣਾ ਠੰਡਾ ਹੋਣ ਤੋਂ ਬਾਅਦ ਤੁਸੀਂ ਫ੍ਰਿਜ ਚ ਰੱਖਣਾ ਵਾ ਤੇ ਇਹਨੂੰ ਹੁਣ ਰੱਖ ਕੇ ਭੁੱਲ ਜਿਓ ਅਗਲੇ ਦਿਨ ਫਿਰ ਇਹਨੂੰ ਕੱਢਿਓ ਫਰਸਟ ਸਟੈਪ ਤਾਂ ਤੁਸੀਂ ਫੋਲੋ ਕਰ ਲਿਆ ਉਹਨੂੰ ਠੰਡਾ ਕਰਨ ਲਈ ਫ੍ਰਿਜ 'ਚ ਰੱਖ ਦੇਣਾ ਤੇ 7-8 ਘੰਟੇ ਫ੍ਰਿਜ 'ਚ ਪਈ ਰਹੀ ਆ ਵੇਖੋ ਜੰਮ ਗਈ ਆ ਮੱਖਣ ਜਿਹੜਾ ਵਾ ਯਾਨੀ ਕਿ ghee ਉੱਪਰ ਜੰਮ ਗਿਆ ਥੋਲੋ ਥੋਲੋ ਆਪਾਂ ਨਾ ਦੁੱਧ ਕੱਢ ਲੈਣਾ ਇਹ ਦੁੱਧ ਤੁਸੀਂ ਜ਼ਾਇਆ ਨਹੀਂ ਕਰਨਾ ਇਹਦੀ ਤੁਸੀਂ ਖੀਰ ਬਣਾਓ ਜਾਂ sweets ਵਗੈਰਾ ਬਣਾਉਣ 'ਚ ਵੀ ਯੂਜ਼ ਹੋ ਸਕਦਾ ਮਠਾਈਆਂ ਬਣਾਈਓ ਜੋ ਮਰਜ਼ੀ ਕਰਿਓ ਵੈਸੇ ਇਹਦੇ ਨਾਲ ਡਬਲ ਫਾਇਦੇ ਹੋ ਜਾਂਦੇ ਆ ਇੱਦਾਂ ਬਣਾਉਣ ਦੇ ਵਿੱਚ ਤੁਹਾਨੂੰ ਦੱਸਾਂਗੀ ਕਿ ਕਿਵੇਂ ਡਬਲ ਫਾਇਦੇ ਹੁੰਦੇ ਆ ਅਗਰ ਤੁਸੀਂ ਇਸ ਤਰੀਕੇ ਨਾਲ ghee ਬਣਾਓਗੇ ਆ ਦੁੱਧ ਵੀ ਤੁਹਾਡਾ ਯੂਟਿਲਾਈਜ਼ ਹੋ ਜਾਏਗਾ ਇਹ ਤੋਂ ਇਲਾਵਾ ਆ ਜਿਹੜੀ ਚੀਜ਼ ਬਚੀ ਆ ਨਾ ghee ਵਗੈਰਾ ਇਹਨੂੰ ਹੁ ਸਭ ਤੋਂ ਪਹਿਲਾਂ ਨਾ ਸਾਈਡੋਂ ਸੇ ਖੁਰਚ ਲੈਣਾ ਹੈ ਤਾਂ ਕਿ ਇਹ ਜਲੇ ਨਾ ਅਕੀਓਕਿਓ ਲਾ ਲੈਣਾ ਵਾ ਅਚੀ ਤਰ੍ਹਾਂ ਅਗਰ ਤਾਂ ਤੁਸੀਂ ਮਿਰਵਾ ਕੋ ਵਿਲੇਓ ਤਾਂ ਤੁਸੀਂ ਇਹਦੇ ਸਿਰ ਤੇ ਖਰੋ ਕੇ ਥੋੜਾ ਤੇਜ਼ ਫਲੇਮ ਕਰਕੇ ਨਾ ਆਰਾਮ ਸਕੂਨ ਨਾ ਇਹਨੂੰ ਬਣਾ ਸਕਦੇ ਹੋ ਅਗਰ ਤੁਸੀਂ ਰੁਜੀਆਂ ਵਾਂ ਬਿਜ਼ੀ ਵਾਂ ਤੇ ਮਤਲਬ ਕਮਕਾਜਕ ਬਿਜ਼ਨਸ ਨਾਲ ਨਾਲ ਇਹਨੂੰ ਹਲਕੀ ਆਂਚ ਤੇ ਨਾ ਪੱਕਾ ਨਹੀਂ ਰੱਖ ਦਿਓ ਆਇਸਾ ਆਇਸਾ ਨੇ ਇਹ ਪੱਕਦਾ ਰਹੇਗਾ ਮਤਲਬ ਗੀ ਨਿਕਲਦਾ ਜਾਏਗਾ ਤੇ ਮਲਾਈ ਜਿਹੜੀ ਉਹ ਖੁਸ਼ਕ ਹੁੰਦੀ ਜਾਏਗਾ ਦੁੱਧ ਵਗੈਰਾ ਡਰਾਈ ਹੁੰਦਾ ਜਾਏਗਾ ਲੇਕਿਨ ਇੱਥੇ ਜਦੋਂ ਇੱਕ ਬਾਲਾ ਆ ਜਾਏਗਾ ਨਾ ਤੁਸੀਂ ਇੱਥੇ ਸੂਜੀ ਪਾਣੀ ਆ ਸੂਜੀ ਦੇ ਮੈਂ ਇੱਥੇ 2 ਚਮਚੇ ਪਾਵਾਂਗੀ ਇਹ ਟੇਬਲस्पून ਹੋਏਗਾ ਟੇਬਲस्पून ਨੇ ਟੀस्पून ਦੇ ਬਰਾਬਰ ਮੈਂ 2 ਚਮਚੇ ਮਚੀਆਂ ਨਹੀਂ ਪਾਣੇ ਸੂਜੀ ਐਡ ਕਰਨ ਦਾ ਇਹ ਫਾਇਦਾ ਹੋ ਜਾਏਗਾ ਕਿ ਮੋਇਸਚਰ ਵਗੈਰਾ ਅੱਛੀ ਤਰ੍ਹਾਂ ਜਜ਼ਬ ਹੋ ਜਾਏਗਾ ਮੈਨੂੰਦਰਸਲ ਕੋਈ ਕੰਮ ਨਹੀਂ ਸੀ ਮੈਂ ਅਬਸolutely ਵਿਹਲੀ ਸੀ ਤੇ ਇਸ ਵਾਸਤੇ ਮੈਂ ਨਾ ਥੋੜਾ ਫਲੇਮ ਤੇਜ਼ ਕੀਤਾ ਤੇ ਕੋਲ ਖੜੋ ਕੇ ਮੈਂ ਕਿਹਾ ਇਹਦਾ ਮੋਇਸਚਰ ਡਰਾਈ ਕਰਦੀ ਆ ਤੇ ਇਹਨੂੰ ਨਾਲ ਨਾਲ ਹਿਲਾਉਂਦੇ ਜਾਣਾ ਕਿਉਂਕਿ ਸੂਜੀ ਐਡ ਕੀਤੀ ਆ ਨਾ ਤੁਸੀਂ ਇਦਾਂ ਇਹਨੂੰ ਨਾ ਛੱਡ ਕੇ ਇੱਧਰ ਉੱਧਰ ਨਹੀਂ ਹੋ ਸਕਦੇ ਵਰਨਾ نیچے ਵੀ ਤੁਹਾਡੀ ਹਮਲਾਈ ਜਿਹੜੀ ਹੈ ghee ਉਹ ਲੱਗ ਸਕਦਾ ਲੇਕਿਨ ਇੱਥੇ ਨਾ ਮੈਨੂੰ ਮਲਾਈ ਨੇ ਥੋੜਾ ਪਰੇਸ਼ਾਨ ਵੀ ਕੀਤਾ ਜਦੋਂ ਕੰਬਖਤ ਮਲਾਈ ਚੋਂ ਨਾ ਕੀ ਨਿਕਲ ਨਹੀਂ ਸੀ ਰਿਹਾ ਮੈਂ ਕਿੰਨੀ ਦੇਰ ਪਰੇਸ਼ਾਨ ਮੈਂ ਕਿਹਾ ਲੱਗਦਾ ਮੇਰਾ ਐਕਸਪੈਰੀਮੈਂਟ ਨਾ ਖਰਾਬ ਹੋ ਗਿਆ ਵਾ ਫਲॉप ਹੋ ਗਿਆ ਵਾ ਲੇਕਿਨ ਮੈਂ ਕਿਹਾ ਨਹੀਂ ਮਮੀ ਨਹੀਂ ਇਹਦੀ ਜਾਣ ਛੱਡਨੀ ਲੇਕਿਨ ਪਰੇਸ਼ਾਨ ਤੁਸੀਂ ਵੀ ਨਹੀਂ ਹੋਣਾ ਸਟਾਰਟਿੰਗ ਜੇ ਮਮੀ ਪਰੇਸ਼ਾਨ ਹੋਈ ਸੀ ਕੋ 5-6 ਮਿੰਟ ਨਾ ਉਹਦੇ ਵਿੱਚ ਚਮਚ ਚਲਾਉਂਦੀ ਰਹੀ ਲੇਕਿਨ ਗੀ ਨਿਕਲਣ ਦਾ ਨਾਮੋ ਨਿਸ਼ਾਨ ਨਹੀਂ ਸੀ ਤੇ ਫਿਰ ਆਇਸਤਾ ਆਇਸਤਾ ਨਾ ਗੀ ਨਿਕਲਣਾ ਸ਼ੁਰੂ ਹੋ ਗਿਆ ਮੈਂ ਆਇਸਤਾ ਸੇ ਚਮਚ ਚਲਾਉਂਦੀ ਰਹੀ ਤੇ ਗੀ ਨਿਕਲਦਾ ਗਿਆ ਮੈਨੂੰ ਤਾਂ ਇਹ ਤਰੀਕਾ ਬਹੁਤ ਅੱਛਾ ਲੱਗਾ ਬਹੁਤ ਵਧੀਆ ਲੱਗਾ ghee ਵੀ ਮਾਸ਼ਾਅੱਲਾ ਅੱਛਾ ਖਾਸਾ ਨਿਕਲ ਆਇਆ ਸੀ ਇਹ ਤੋਂ ਇਲਾਵਾ ਦੂਸਰਾ ਫਾਇਦਾ ਇਹ ਹੋਇਆ ਕਿ ਮੈਨੂੰ ਖੋਆ ਵੀ ਮਿਲ ਗਿਆ ਸੀਗਾ ਮਤਲਬ ਇੱਥੇ ਸੂਜੀ ਐਡ ਕੀਤੀ ਨਾ ਮਲਾਈ ਤੇ ਸੂਜੀ ਦਾ ਹਨਾ ਦੇਸੀ ghee ਦਾ ਇਹ ਨੀਚੇ ਜਿਹੜਾ ਬੈਠਾ ਹੋਇਆ ਨਾ ਖੋਆ ਜਾ ਹੋਏਗਾ ਉਹਦਾ ਆਪਾਂ ਨਾ ਹਲਵਾ ਬਣਾਵਾਂਗੇ ਦੇਸੀ ghee ਦਾ ਹਲਵਾ ਉਹਨੂੰ ਤੁਸੀਂ ਬਿਲਕੁਲ ਵੀ ਵੇਸਟ ਨਹੀਂ ਕਰਨਾ ਜ਼ਾਇਆ ਨਹੀਂ ਕਰਨਾ ਤੇ ਇਹਦੀ ਬਹੁਤ ਜ਼ਬਰਦਸਤ ਨਾ ਚੀਜ਼ ਰੈਡੀ ਕਰਕੇ ਤੁਹਾਨੂੰ ਖਵਾਵਾਂਗੇ ਬੇਸ਼ੱਕ ਇਹਦੀ ਤੁਸੀਂ ਬਰਫੀ ਬਣਾ ਲਓ ਇਹ ਤੋਂ ਇਲਾਵਾ ਹਲਵਾ ਬਣਾ ਲਓ ਕੋਈ ਸਵੀਟ ਡਿਸ਼ ਨਾ ਇਹਦੀ ਬਣਾ ਸਕਦੇ ਲੇਕਿਨ ਮੈਂ ਇਹਦਾ ਤੁਹਾਨੂੰ ਇੱਕ ਮਜ਼ੇਦਾਰ ਜਿਹਾ ਹਲਵਾ ਰੈਡੀ ਕਰਕੇ ਦਿਖਾਵਾਂਗੀ ਲੇਕਿਨ ਉਹ ਨੈਕਸਟ ਵਲੌਗ 'ਚ ਹੀ ਦਿਖਾਵਾਂਗੀ ਕਿਉਂਕਿ ਇਹ ਵਲੌਗ ਬਹੁਤ ਲੰਬਾ ਹੋ ਜਾਏਗਾ ਵੀਡੀਓ ਬਹੁਤ ਲੰਬੀ ਹੋ ਜਾਏਗੀ ਮਲਾਈ ਚੋਂ ਜਿੰਨਾ ghee ਨਿਕਲ ਸਕਦਾ ਸੀ ਨਿਕਲ ਗਿਆ ਕਿਉਂਕਿ نیچے ਜਿਹੜੇ ਜ਼ਰਰਾ ਤਾ ਸੂਜੀ ਆ ਉਹ ਬਿਲਕੁਲ ਬਰਾਊਨ ਹੋ ਗਈ ਸੀ ਇਹਦਾ ਮਤਲਬ ਇਹ ਹੈ ਕਿ ਜਿੰਨਾ ਵੀ ghee ਨਿਕਲ ਸਕਦਾ ਸੀ ਨਿਕਲ ਗਿਆ ਵਾ ਇਸ ਤੋਂ ਇਲਾਵਾ ਹੁਣ ਜਲਣਾ ਸ਼ੁਰੂ ਹੋ ਜਾਣਾ ਸੀ ਤੇ ਇਸ ਪੁਆਇੰਟ ਤੇ ਤੁਸੀਂ ਫੌਰਨ ਬੰਦ ਕਰ ਦੇਣਾ ਜਿਵੇਂ ਥੋੜਾ ਜਿਹਾ ਬਰਾਊਨ ਹੋ ਗਿਆ ਕਲਰ ਤੁਸੀਂ ਦੇਖ ਸਕਦੇ ਆ ਹਾਂ ਸੂਜੀ ਦਾ ਕਲਰ ਔਰ ਮਲਾਈ ਵਗੈਰਾ ਦਾ ਕਲਰ ਆ ਬਰਾਊਨ ਬਰਾਊਨ ਹੈ ਇਹ ਕਲਰ ਹੋਏਗਾ ਨਾਲ ਹੀ ਤੁਸੀਂ ਚੁੱਲਾ ਫਲੇਮ ਜਿਹੜਾ ਵਾ ਆਫ ਕਰ ਦੇਣਾ ਤੁਹਾਨੂੰ ਖੋਆ ਵੀ ਮਿਲ ਗਿਆ ਵਾ ਇਸ ਤੋਂ ਇਲਾਵਾ ਤੁਹਾਨੂੰ ghee ਵੀ ਮਿਲ ਗਿਆ ਇਹ ਉਹ ਹਿਸਾਬ ਹੋ ਗਿਆ ਨੇ 13 ਦੇ ਦੋ ਨਿਸ਼ਾਨੇ ਨਾਲਾ ਤਨਖੋਇਆ ਵੀ ਹਾਸਲ ਹੋ ਗਿਆ ਵਾ ਇਹਦਾ ਰਾਮ ਨਾ ਚਸਕਾ ਲਗਾਈੋ ਬਣਾ ਕੇ ਸਵੀਡਿਸ਼ ਤੇ ਇਤਲਾਵਾ ਦੇਸੀ ghee ਵੀ ਹਾਸਲ ਹੋ ਗਿਆ ਵਾ ਤੇ ਤੁਸੀਂ ਸਟੇਨ لازਮੀ ਕਰ ਲੈਣਾ ਵਾ ਆ ਮੈਂ ਛਾਨਣੀ ਜੀ ਇਹ ਚ ਨਾ ਸਟੇਨ ਕਰ ਲੈਣਾ ਤਾਂ ਕਿ ਆ ਮਿਕਸਚਰ ਜਿਹੜਾ ਵਾ ਉਹ ਅੰਦਰ ਨਾ ਜਾਏ ghee ਦੇ ਅੰਦਰ ਨਾ ਜਾਏ ਹੁਣ ਅੱਛੀ ਤਰ੍ਹਾਂ ਇਸ ਕੋ ਨਿਚੋੜ ਲੈਣਾ ਹੈ ਤਾਂ ਕਿ ਚੰਗੀ ਤਰ੍ਹਾਂ ਇਸ ਦਾ ਨਾ ghee ਨਿਕਲ ਜਾਏ तो उसके बाद हम ना हलवा बनाते वक्त इसमें बिल्कुल भी देसी घी शामिल नहीं करेंगे क्योंकि इसमें ऑलरेडी बहुत सारा घी मौजूद है और हलवे के लिए हमें काफ़ी होगा और नेक्स्ट वीडियो में इंशाल्लाह आपको रेसिपी भी दूँगी और ये वीडियो देखने तो बाद मेरिया को शेफ़ पैना कुकिंग एक्सपर्ट सिस्टर उन्होंने कहना कि आप इट्स टू लेंथी वे ਟੂ ਮੇਕਿੰਗ ਕੀ ਕੋਈ ਨਹੀਂ ਲੈਂਥੀ ਲੁੰਥੀ ਇਹ इजीली ਬਸ ਇੱਕ ਬੋਇਲ ਦਵਾ ਕੇ ਫਰਿਜ ਚ ਰੱਖੋ ਉਸ ਤੋਂ ਬਾਅਦ ਅਗਲੇ ਦਿਨ ਕੱਢੋ ਤੇ ਆਜ ਸਾਹਲ ਕੀ ਆਜ ਤੇ ਪਕਣ ਲਈ ਰੱਖ ਦਿਓ ਨਰਲਾ ਲਾਦੇ ਕੰਮਕਾਜ ਕਰਦੇ ਰਹੋ ਆਪੇ ghee ਬਣਦਾ ਰਹੇਗਾ ਥੋੜੀ ਦੇਰ ਬਾਅਦ ਆ ਕੇ ਬਸ ਚਮਚਾ ਹਿਲਾ ਦੇਣਾ ਵਾ ਇਹ ਲੈਂਥੀ ਨਹੀਂ ਹੈ ਅਗਰ ਤਾਂ ਤੁਸੀਂ ਯਾਨੀ ਕਿ ਬਿਲਕੁਲ ਕੋਰ ਖੜੋ ਕੇ ਬਣਾ ਰਿਆ ਲੇਮ ਤੇਜ਼ ਦਾ ਫਿਰ ਤੁਹਾਨੂੰ ਥੋੜਾ ਜਿਹਾ ਲੱਗੇਗਾ ਲੈਂਥੀ ਫਿਰ ਵੀ ਅੱਧਾ ਪੌਣਾ ਘੰਟੇ ਚ ਨਾ ghee ਨਿਕਲ ਆਂਦਾ ਵਾ ਇੰਨਾ ਟਫ ਨਹੀਂ ਹੈ इजीली ਤੁਸੀਂ ਬਣਾ ਸਕਦੇ ਹੋ ਉਮੈਕਡਨਲ ਹਦਾਫਾ ਇਆ ਇਆਓ ਇਥੇ ਕਰਦੇ ਆਂ ਵੀਡੀਓ ਦਾ ਐਂਡ ਜਿੰਦੇ ਵਾਸਤੇ ਰਹੋ ਖੁਸ਼ ਰਹੋ ਆਪ ਦਾ ਬਹੁਤ ਸਾਰਾ ਖਿਆਲ ਰੱਖਦੇ ਮੈਨੂੰ ਦੋਆਾਂ ਚ ਯਾਦ ਰੱਖਿਆ ਜੇ ਅਲ ਹਾਫੀਜ਼